पुलिस पार्टी के नाल खड़ा ये उही लानती ड्राइवर है जिसने अपने मालक दे घर नूं भी नहीं बख्शिया। रात वेले उस दे बैडरूम च वड़ जो शर्मनाक करतूत कर गया। अद्धी रात अचानक कमरे अंदर का सीन देख इस दे मालक दे होश उड़ गए। मामला है बटाला का जिथे दी पुलिस ने इस नूं रंगे हाथी काबू कर जो हैरान करने वाले खुलासे किए ने। सुनो DSP साहब की ही जुबानी। वो रात किते डिनर वास्ते गए थे अपने फादर साहब के घर रात में 9:30 करीब। तो जो 12 बजे करीब वापस आए थे तो उन्होंने घर का जो लॉबी का लॉक सीगा वो खुला डोर खुला सीगा। अंदर जाके उन्होंने देखा तो अलमारी तो समान वगैरह घर तो सारा समान चोरी हो गया सीगा। सवेरे आके उन्होंने सानू दस्या SHO साहब नूं ते चौंकी इंचार्ज नूं केस रजिस्टर किया आपां एंड शाम नूं आपां चोर नूं मतलब आइडेंटिफाई कर लिया सीगा पता लग गया सीगा सानू तो अज आपां फड़ लिया सीगा। समान जी इन्हां दा समान ऑलमोस्ट 35-40 लाख रुपए का समान सीगा जिहदे विच इन्हां ने दस्या कि 5,15,000 रुपए इन्हां दा कैश सीगा ते बाकी 30 लाख ਦੇ ਕਰੀਬ 32-35 ਲੱਖ ਦੇ ਕਰੀਬ ਦਾ ਇਹਨਾਂ ਦਾ ਗੋਲਡ ਅਤੇ ਡਾਇਮੰਡ ਜੁਐਲਰੀ ਸੀ। ਰਿਕਵਰ ਸਾਰਾ ਹੋ ਗਿਆ ਜੀ, ਆਲਮੋਸਟ ਸਾਰਾ ਹੋ ਗਿਆ, ਬਸ ਕੈਸ਼ ਹੈਗਾ ਜੀ 3 ਲੱਖ ਦੇ ਕਰੀਬ। ਸਾਨੂੰ 3,05,000 ਆਪਾਂ ਨੂੰ ਕੈਸ਼ ਰਿਕਵਰ ਹੋਇਆ। ਲਗਭਗ 20-22 ਤੋਲੇ ਸੋਨਾ 30 ਤੋਲੇ ਸੋਨਾ ਅਤੇ ਡਾਇਮੰਡ ਦੇ ਜੁਐਲਰੀ ਜਿੰਨੀ ਸੀਗੀ ਉਹ ਰਿਕਵਰ ਹੋ ਗਈ ਹੈ। ਇੱਕ ਆਈਫੋਨ ਸੀਗਾ ਉਹ ਵੀ ਰਿਕਵਰ ਹੋ ਗਿਆ। ਗ੍ਰਿਫਤਾਰੀ ਹੋ ਗਈ ਸੀ, ਮੇਨ ਜਿਹੜਾ ਚੋਰ ਸੀਗਾ ਉਹ ਆਈਡੈਂਟੀਫਾਈ ਕਰਕੇ ਆਪਾਂ ਗ੍ਰਿਫਤਾਰ ਕਰ ਲਏ, ਉਸ ਤੋਂ ਵੀ ਬਰਾਮਦਗੀ ਹੋਈ ਹੈ। ਇਹ ਜੀ ਮੰਗਲ ਦਾਸ ਹੈ, ਸਨ ਆਫ ਰਤਨ ਲਾਲ, ਗਾਂਧੀ ਕੈਮ ਦਾ ਨਿਵਾਸੀ ਹੈ। ਸਰ ਮੈਂ ਅਪੀਲ ਕਰਨਾ ਚਾਹੂੰਗਾ ਤੁਹਾਡੇ ਰਾਹੀਂ, ਇਹ ਅਪੀਲ ਇਹ ਹੈ ਜੀ ਦੇਖੋ ਇਸ ਜਿਹੜਾ ਇਹ ਬੰਦਾ ਆਪਾਂ ਚੋਰ ਫੜਿਆ ਹੈ ਇਸਦੇ 'ਤੇ ਪਹਿਲਾਂ ਵੀ ਪਰਚਾ ਸੀਗਾ, ਤਾਂ ਮੈਂ ਸਾਰੇ ਜਿੰਨੇ ਵੀ ਆਪਣੇ ਨਿਵਾਸੀ ਹੈ ਉਹਨਾਂ ਨੂੰ ਮੈਂ ਇੱਕ ਅਪੀਲ ਕਰੂੰਗਾ, ਜਦੋਂ ਵੀ ਤੁਸੀਂ ਕੋਈ ਵੀ ਬੰਦਾ ਆਪਣੇ ਕੰਮ ਵਾਸਤੇ ਰੱਖਦੇ ਹੋ ਉਹਦੀ ਪ੍ਰੋਪਰ ਵੈਰੀਫਿਕੇਸ਼ਨ ਜ਼ਰੂਰ ਕਰੋ। ਇਸ ਤੋਂ ਪਹਿਲਾਂ ਵੀ ਇਹਦੇ ਉੱਤੇ ਇੱਕ ਚੋਰੀ ਦਾ ਮੁਕੱਦਮਾ ਸੀਗਾ, ਇਹਨੂੰ ਉਹਨਾਂ ਨੇ ਬਿਨਾਂ ਵੈਰੀਫਾਈ ਕੀਤੇ ਆਪਣੇ ਘਰ ਕੰਮ ਵਾਸਤੇ ਰੱਖ ਲਿਆ ਸੀਗਾ, ਇਸੇ ਕਰਕੇ ਇਹ ਵਾਰਦਾਤ ਇਹ ਕੰਮ ਕਰਦਾ ਸੀਗਾ, ਇਹਨਾਂ ਨੇ ਰੱਖਿਆ ਸੀਗਾ ਕੰਮ ਵਾਸਤੇ। ਕਾਹਦਾ ਕੰਮ ਸੀ? ਇਹ ਡਰਾਈਵਰ ਵਗੈਰਾ ਇਹਨਾਂ ਨੇ ਆਪਣੇ ਕੋਲ ਘਰ ਆਉਣ ਜਾਣ ਸੀਗਾ। ਕਿੰਨੇ ਸਾਲਾਂ ਤੋਂ ਕੰਮ ਕਰ ਰਹੇ ਸੀਗੇ? ਇਹ ਕੰਮ ਜ਼ਿਆਦਾ ਟਾਈਮ ਨਹੀਂ ਹੋਇਆ ਸੀਗਾ ਜੀ, ਬਹੁਤ ਜ਼ਿਆਦਾ ਟਾਈਮ ਨਹੀਂ ਸੀਗਾ ਹੋਇਆ। ਹਕੀਕਤ TV ਪੰਜਾਬੀ ਲਈ ਬਟਾਲਾ ਤੋਂ ਅਵਤਾਰ ਸਿੰਘ ਦੀ ਰਿਪੋਰਟ।